ਸਤਿ ਸ੍ਰੀ ਅਕਾਲ, ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਬੜੀ ਅਜੀਬ ਸਥਿਤੀ ਦੇਸ਼ ਵਿੱਚ ਪੈਦਾ ਹੋਈ ਹੈ ਕਿ ਦੇਸ਼ ਦੇ ਅੰਨਦਾਤਾ ਕਿਸਾਨ, ਸਭ ਤੋਂ ਮਿਹਨਤੀ ਤੇ ਇਮਾਨਦਾਰ ਜਮਾਤ, ਅੱਜ ਆਪਣੇ ਹੱਕਾਂ ਦੀ ਲੜਾਈ ਲਈ ਦਿੱਲੀ ਵੱਲ ਕੂਚ ਕਰ ਪਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹਨੇ ਬਾਲਾਕੋਟ ਵਿੱਚ ਜੋ ਸਟ੍ਰਾਈਕ ਕੀਤੀ ਸੀ, ਤੇ ਉਸ ਨੇ ਉਹਨਾਂ ਨੇ 2019 ਦੀਆਂ ਚੋਣਾਂ ਜਿੱਤ ਲਈਆਂ ਸੀ। ਇਹ ਜਿਹੜੀ ਸਟ੍ਰਾਈਕ ਕਿਸਾਨਾਂ 'ਤੇ ਕੀਤੀ ਜਾ ਰਹੀ ਹੈ, ਇਹਨਾਂ ਉੱਪਰ ਬੁਲੇਟ ਛੱਡੇ ਜਾ ਰਹੇ ਹਨ, ਪਲਾਸਟਿਕ ਬੁਲੇਟ, ਵਾਟਰ ਬੁਲੇਟ, ਅਤੇ ਨਾਲ ਹੀ ਉਹਨਾਂ ਉੱਪਰ ਟੀਅਰ ਗੈਸ ਜਿਹੜੀ ਹੈ ਉਹਦੇ ਗੋਲੇ ਗਿਰਾਏ ਜਾ ਰਹੇ ਹਨ। ਇਹ ਨਵੀਂ ਕਿਸਮ ਦੀ ਸਟ੍ਰਾਈਕ ਹੈ। ਦੇਸ਼ ਦੇ ਅੰਨਦਾਤਾ ਜਿਹਦੀਆਂ ਪੈਦਾ ਕੀਤਾ ਹੋਇਆ ਜਿਹੜਾ ਅੰਨ ਹੈ, ਉਸ ਦੇ 5-5 ਕਿਲੋ ਦੇ ਥੈਲੇ ਮੋਦੀ ਸਰਕਾਰ 80 ਕਰੋੜ ਤੋਂ ਵੱਧ ਗਰੀਬਾਂ ਦੇ ਘਰਾਂ ਵਿੱਚ ਪਹੁੰਚਾ ਕੇ ਵੋਟਾਂ ਬਟੋਰਨ ਦਾ ਕੰਮ ਕਰਦੀ ਹੈ ਉਹਨਾਂ ਕਿਸਾਨਾਂ ਨੂੰ, ਜਿਹੜੇ ਕਿ ਦੇਸ਼ ਵਿੱਚ ਅਨਾਜ ਪੈਦਾ ਕਰਕੇ ਔਰ ਦੇਸ਼ ਦਾ ਪੇਟ ਭਰਦੇ ਨੇ, ਉਹਨਾਂ ਉੱਪਰ ਹੁਣ ਗੋਲਾਬਾਰੀ ਹੋ ਰਹੀ ਹੈ। ਇਹ ਗੋਲਾਬਾਰੀ ਬੜੀ ਮਹਿੰਗੀ ਪੈ ਸਕਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ। ਇਹ ਬਾਲਾਕੋਟ ਵਾਲੀ ਗੋਲਾਬਾਰੀ ਨਹੀਂ ਹੈ ਸਟ੍ਰਾਈਕ, ਇਹ ਸਟ੍ਰਾਈਕ ਪੁੱਠੀ ਪੈ ਸਕਦੀ ਹੈ। ਇਹ ਜੜੋਂ ਹੀ ਉਖੇੜ ਸਕਦੀ ਹੈ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਨੂੰ। ਇਹਦਾ ਅੱਗੇ ਵੀ ਤੁਸੀਂ ਦੇਖਿਆ ਕਿ ਇਹਨਾਂ ਨੂੰ ਇਹ ਜਿਹੜੀ ਸੀਗੀ ਵਾਪਸ ਲੈਣੀ ਪਈਆਂ ਆਪਣੇ ਐਕਟ, ਉਹ ਐਕਟ ਤਿੰਨੋਂ ਜੋ ਕਿਸਾਨਾਂ ਨੂੰ ਮਾਰਨ ਵਾਲੇ ਸੀ, ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਸੀ ਉਹਨਾਂ ਉੱਪਰ ਕਾਰਪੋਰੇਟ ਦੀ ਅੱਖ ਸੀ, ਉਹ ਲੜਾਈ ਜਿੱਤੀ। ਜਿਨ੍ਹਾਂ ਕਿਸਾਨਾਂ ਨੇ ਫਤਿਹ ਪ੍ਰਾਪਤ ਕੀਤੀ ਹੈ, ਉਹ ਕਿਸਾਨ ਮੁੜ ਆਪਣੀ ਦੂਜੀ ਲੜਾਈ ਜਿੱਤਣ ਲਈ ਚੱਲ ਪਏ ਹਨ। ਉਹ 2021 ਸੀਗਾ, ਨਰਿੰਦਰ ਮੋਦੀ ਨੂੰ 1 ਸਾਲ 1 ਮਹੀਨੇ ਬਾਅਦ ਮਜਬੂਰ ਹੋ ਕੇ ਕਿਸਾਨਾਂ ਦੇ ਤਿੰਨੋਂ ਕਾਲੇ ਬਿੱਲ ਵਾਪਸ ਲੈਣੇ ਪਏ। 700 ਤੋਂ ਵੱਧ ਕਿਸਾਨਾਂ ਨੇ ਸ਼ਹੀਦੀਆਂ ਦਿੱਤੀਆਂ ਔਰ 1 ਸਾਲ 1 ਮਹੀਨੇ ਤੋਂ ਉੱਪਰ ਉੱਥੇ ਬੈਠੇ ਰਹੇ ਧਰਨੇ 'ਤੇ ਦਿੱਲੀ ਦੀਆਂ ਬਰੂਹਾਂ 'ਤੇ, ਔਰ ਸਾਰੇ ਦੇਸ਼ ਵਿੱਚੋਂ ਕਿਸਾਨ ਆਏ। ਪਰ ਅੱਜ ਸਥਿਤੀ ਜਿਹੜੀ ਹੈ ਉਸ ਤੋਂ ਵੀ ਗੰਭੀਰ ਬਣਦੀ ਜਾ ਰਹੀ ਹੈ। ਥਾਂ ਥਾਂ 'ਤੇ ਕਿੱਲ ਲਾ ਦਿੱਤੇ ਗਏ, ਐਡੇ ਐਡੇ ਕਿੱਲ ਲਾ ਦਿੱਤੇ ਵੱਡੇ ਕਿ ਕਿਸਾਨਾਂ ਨੂੰ, ਔਰ ਕੰਕਰੀਟ ਦੇ ਬੈਰੀਗੇਟ ਪੱਕੇ ਬਣਾ ਦਿੱਤੇ ਗਏ ਰਸਤੇ ਕਿ ਕਿਸਾਨ ਦਿੱਲੀ ਨਾ ਪਹੁੰਚ ਸਕਣ। ਪਰ ਦਿੱਲੀ ਦੀ ਸਰਕਾਰ ਨੂੰ ਭੁਲੇਖਾ, ਇਹ ਕਿਸਾਨ ਦਿੱਲੀ ਪਹੁੰਚ ਜਾਣਗੇ। ਇਹ ਬਹਾਦਰ ਕਿਸਾਨ ਜਿਨ੍ਹਾਂ ਦੇ ਬੱਚੇ ਬਾਰਡਰਾਂ 'ਤੇ ਲੜਦੇ ਹਨ, ਇਹ ਕਿਸਾਨ ਦਿੱਲੀ ਦੇ ਬਾਰਡਰ 'ਤੇ ਪਹੁੰਚ ਕੇ ਰਹਿਣਗੇ, ਦਿੱਲੀ ਨੂੰ ਘੇਰਨਗੇ, ਔਰ ਸਰਕਾਰ ਜਿਹੜੀ ਹੈ ਇਹਨਾਂ ਦਾ ਰਸਤਾ ਰੋਕ ਰਹੀ ਹੈ, ਇਹਨਾਂ 'ਤੇ ਪਾਬੰਦੀਆਂ ਲਾ ਰਹੀ ਹੈ, ਇਹਨਾਂ 'ਤੇ ਜ਼ੁਲਮ ਕਰ ਰਹੀ ਹੈ। ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਸਰਕਾਰ ਇੰਨੀ ਪਖੰਡੀ ਹੈ ਕਿ ਤੁਸੀਂ ਹੈਰਾਨ ਹੋ ਜਾਓਗੇ ਕਿ ਇਹਨਾਂ ਨੇ ਵਾਅਦਾ ਕੀਤਾ ਕਿ ਇੱਕ ਕਮੇਟੀ ਬਣਾਈ ਜਾਏਗੀ ਔਰ ਜਿਹੜੀ ਮਿਨੀਮਮ ਸਪੋਰਟ ਪ੍ਰਾਈਜ਼ ਹੈ ਉਸ ਨੂੰ ਲੀਗਲ ਜਾਮਾ ਪਹਿਨਾਇਆ ਜਾਏਗਾ। ਅੱਜ 1 ਸਾਲ ਤੋਂ ਲੈ ਕੇ 2 ਸਾਲ 3 ਸਾਲ ਲੰਘੇ, 24 ਆ ਗਿਆ,
ਪਰ ਨਾ ਕੋਈ ਕਮੇਟੀ ਬਣਾਈ ਗਈ, ਨਾ ਕੋਈ ਮੁੜ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਕਿਸਾਨਾਂ ਨਾਲ ਧੋਖਾ ਕੀਤਾ, ਬੇਈਮਾਨੀ ਕੀਤੀ ਕੇਂਦਰ ਸਰਕਾਰ ਨੇ। ਹੁਣ ਫਿਰ ਕਿਸਾਨ ਜਿਹੜੇ ਮੁੜ ਕੇ ਬਾਗੀ ਹੋ ਗਏ, ਆਪਣੇ ਹੱਕਾਂ ਦੀ ਲੜਾਈ ਲਈ ਚੱਲ ਪਏ। 6-6 ਮਹੀਨੇ ਦਾ ਸਮਾਨ, ਖਾਣ ਪੀਣ ਦਾ, ਰਹਿਣ ਦਾ ਉਹਨਾਂ ਨੇ ਆਪਣੇ ਟਰੈਕਟਰ ਟਰਾਲੀਆਂ 'ਚ ਬੰਨ ਲਿਆ। ਔਰ ਜਿਸ ਤਰ੍ਹਾਂ ਦਾ ਜੰਗ ਅੱਜ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਨਾਲ ਕੀਤਾ, ਉਸ ਤੋਂ ਕਿਸਾਨ ਡਰੇ ਨਹੀਂ, ਕਿਸਾਨ ਅੱਗੇ ਵੱਧ ਰਹੇ ਹਨ। ਸੋ ਦਿੱਲੀ ਨੂੰ ਚਾਰੋਂ ਪਾਸੋਂ ਤੋਂ ਕਿਸਾਨ ਦੇਸ਼ 'ਚ ਆ ਰਹੇ ਨੇ। ਉੜੀਸਾ ਦੇ ਕਿਸਾਨਾਂ ਨੂੰ ਟ੍ਰੇਨ ਤੋਂ ਉਤਾਰ ਲਿਆ ਗਿਆ, ਇੱਕ ਇਸਤਰੀ ਕਿਸਾਨ ਦੀ ਬੇਅਦਬੀ ਵੀ ਕੀਤੀ ਗਈ। ਔਰ ਤੁਸੀਂ ਹੈਰਾਨ ਹੋਵੋਗੇ, ਹਰਿਆਣੇ ਦੇ ਪਿੰਡਾਂ ਵਿੱਚ ਜਾ ਕੇ ਘਰ ਘਰ ਪੁਲਿਸ ਜਿਹੜੀ ਇਹ ਧਮਕੀਆਂ ਦੇ ਰਹੀ ਹੈ ਕਿ ਤੁਹਾਡੇ ਬੱਚੇ ਦੀ MBBS ਦੀ ਡਿਗਰੀ ਕੈਂਸਲ ਕਰ ਦਿਆਂਗੇ, ਕਲਾਸਾਂ ਹਟਾ ਦਿਆਂਗੇ, ਇੰਜੀਨੀਅਰਿੰਗ ਦੀਆਂ ਕਲਾਸਾਂ 'ਚੋਂ ਹਟਾ ਦਿਆਂਗੇ, ਉਹਦੇ ਪਾਸਪੋਰਟ ਖਾਰਜ ਕਰ ਦਿਆਂਗੇ, ਬਲਾ ਬਲਾ ਜਿਸ ਤਰ੍ਹਾਂ ਵੀ ਦਬਕਾਇਆ ਧਮਕਾਇਆ ਜਾ ਸਕਦਾ ਹੈ। ਉਹ ਸਾਰੇ ਕੰਮ ਗੈਰ ਕਾਨੂੰਨੀ ਢੰਗ ਨਾਲ ਹਰਿਆਣੇ ਦੀ ਪੁਲਿਸ ਤੋਂ ਦਬਾਅ ਪਾ ਕੇ ਕਰਾਏ ਜਾ ਰਹੇ। ਪੁਲਿਸ ਵਾਲਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ, ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਆਪਣੇ ਹੀ ਕਿਸਾਨ ਭਰਾਵਾਂ 'ਤੇ ਜਿਹੜੇ ਪਰਿਵਾਰਾਂ 'ਚੋਂ ਪੁਲਿਸ ਵਾਲੇ ਆਉਂਦੇ ਹਨ, ਉਹਨਾਂ ਉੱਪਰ ਹੀ ਜ਼ੁਲਮ ਕਰਨ ਲਈ, ਉਹ ਖੱਟਰ ਨੂੰ ਖੁਸ਼ ਕਰਨ ਲਈ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਖੁਸ਼ ਕਰਨ ਲਈ ਇਹ ਸਾਰਾ ਕੰਮ ਕਰ ਰਹੇ ਹਨ। ਪਰ ਗੱਲ ਇਹ ਹੈ ਕਿ ਦੋ ਇਨਾਮ ਦਿੱਤੇ ਹਨ ਇਸ ਪਖੰਡੀ ਸਰਕਾਰ ਨੇ। ਇੱਕ ਤੇ ਪਹਿਲਾ ਜੋ ਦਿੱਤਾ ਹੈ ਭਾਰਤ ਰਤਨ, ਉਹ ਚੌਧਰੀ ਚਰਨ ਸਿੰਘ ਕਿਸਾਨ ਲੀਡਰ ਨੂੰ ਦਿੱਤਾ, ਉਹ ਦੇਸ਼ ਦੇ ਪ੍ਰਾਈਮ ਮਿਨਿਸਟਰ ਵੀ ਰਹੇ ਹਨ। ਉਹ ਕਿਸਾਨਾਂ ਨੂੰ ਜਿਹੜੀ ਉਹਨਾਂ ਦੀਆਂ ਮੰਗਾਂ ਸੀ, ਜਿਹੜੀ ਉਹਨਾਂ ਦੇ ਚੌਧਰੀ ਚਰਨ ਸਿੰਘ ਜਿਹੜੀਆਂ ਮੰਗਾਂ ਮੰਨਦੇ ਸੀ, ਜਿਹੜੇ ਹੱਕ ਸੀਗੇ ਕਿਸਾਨਾਂ ਦੇ ਹੱਕਾਂ ਦੇ ਲਈ ਉਹ ਲੜਾਈ ਲੜਦੇ ਰਹੇ, ਉਹਨਾਂ ਦੀ ਕਿਸੇ ਵੀ ਜੋ ਉਹਨਾਂ ਦੀ ਮੰਗ ਸੀ ਉਸ ਉੱਪਰ ਸਰਕਾਰ ਕੋਈ ਅਮਲ ਕਰਨ ਨੂੰ ਤਿਆਰ ਨਹੀਂ। ਫਿਰ ਇਹ ਜੋ ਉਹਨਾਂ ਨੂੰ ਸਨਮਾਨ ਦਿੱਤਾ, ਇਹ ਕਾਹਦਾ ਸਨਮਾਨ ਹੋਇਆ, ਇਹ ਤੇ ਸੌਦੇਬਾਜ਼ੀ ਹੋਈ, ਇਹਨੂੰ ਸਭ ਵਿਰੋਧੀ ਪਾਰਟੀਆਂ ਕਹਿ ਰਹੇ। ਔਰ ਮੈਂ ਇੱਕ ਹੋਰ ਦੱਸਦਾ ਕਿ ਸਵਾਮੀਨਾਥਨ ਜੀ ਨੂੰ ਵੀ ਜੋ ਇਨਾਮ ਦਿੱਤਾ ਗਿਆ, ਜਿਹੜੀ ਉਹਨਾਂ ਦੀਆਂ ਸੇਵਾਵਾਂ ਰਿਕੋਗਨਾਈਜ਼ ਕੀਤੀਆਂ, ਉਹ ਵੀ ਤੁਸੀਂ ਸੋਚ ਸਕਦੇ ਹੋ ਕਿ ਉਹਨਾਂ ਦੀ ਜਿਹੜੀਆਂ ਰਿਕਮੈਂਡੇਸ਼ਨ ਹਨ, ਸਵਾਮੀਨਾਥਨ ਰਿਪੋਰਟ ਹੈ, ਉਸਨੂੰ ਤਾਂ ਸਰਕਾਰ ਲਾਗੂ ਕਰ ਨਹੀਂ ਰਹੀ, ਪਰ ਉਸਨੂੰ ਭਾਰਤ ਰਤਨ ਦਾ ਰੁਤਬਾ, ਉਹਨੂੰ ਸ਼ੋਭਾ ਦਿੱਤੀ ਹੈ, ਉਹਦਾ ਸਨਮਾਨ ਕੀਤਾ ਹੈ। ਉਹਦੇ ਪਿੱਛੇ ਵੀ ਕੀ ਚਾਲ ਹੈ? ਉਹਦੇ ਪਿੱਛੇ ਚਾਲ ਹੈ ਕਿ ਸਾਊਥ ਇੰਡੀਆ ਤਾਮਿਲਨਾਡੂ ਲੋਕਾਂ ਨੂੰ ਖੁਸ਼ ਕਰਨ ਲਈ ਕਿ ਉਹਨਾਂ ਤੋਂ ਕੋਈ BJP ਨੂੰ ਵੋਟਾਂ ਮਿਲ ਸਕਣ। ਔਰ ਇਸੇ ਤਰ੍ਹਾਂ ਚੌਧਰੀ ਚਰਨ ਸਿੰਘ ਜੀ ਨੂੰ ਜੋ ਦਿੱਤਾ ਹੈ ਭਾਰਤ ਰਤਨ, ਉਹਦਾ ਉਦੇਸ਼ ਵੀ ਸੌਦੇਬਾਜ਼ੀ ਹੈ। ਇਹ ਦੋ ਸੌਦੇਬਾਜ਼ੀਆਂ 'ਚ BJP ਦੀ ਸਰਕਾਰ, ਯਾਨੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ, ਬਿਲਕੁਲ ਆਪਣੇ ਆਪ ਨੂੰ ਐਕਸਪੋਜ਼ ਕਰ ਦਿੱਤਾ ਉਹਨਾਂ ਨੇ। ਔਰ ਇਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਉਹਨਾਂ ਉੱਪਰ ਗੋਲੇਬਾਰੀ ਯਾਨੀ ਸਟ੍ਰਾਈਕ ਹੋ ਰਹੀ ਹੈ, ਕਿ ਸਟ੍ਰਾਈਕ ਹੋ ਰਹੀ ਹੈ, ਉਹਨਾਂ ਉੱਪਰ ਟੀਅਰ ਗੈਸ ਸ਼ੈਲ ਦੇ ਗੋਲੇ ਸਿੱਟੇ ਜਾ ਰਹੇ ਨੇ, ਉਹਨਾਂ ਉੱਪਰ ਬੁਲੇਟ ਪਲਾਸਟਿਕ ਦੇ ਬੁਲੇਟ ਮਾਰੇ ਜਾ ਰਹੇ ਨੇ, ਉਹਨਾਂ ਉੱਪਰ ਪਾਣੀ ਦੇ ਕੈਨਨ ਜਿਹਨੂੰ ਵਾਟਰ ਕੈਨਨ ਕਹਿੰਦੇ ਨੇ
ਉਹ ਵੀ ਸਿੱਟੇ ਜਾ ਰਹੇ ਹਨ ਔਰ ਉਹਨਾਂ ਨੂੰ ਉਹਨਾਂ ਦੇ ਪੈਰਾਂ ਵਿੱਚ ਕਿੱਲਾਂ ਦੇ ਜੋ ਜ਼ਮੀਨ ਵਿੱਚ ਗੰਢ ਦਿੱਤੀਆਂ ਇੱਕ ਇੱਕ ਫੁੱਟ ਦੀਆਂ ਕਿੱਲਾਂ ਔਰ ਅਨੇਕਾਂ ਹੀ ਕਿੱਲਾਂ ਲਾ ਦਿੱਤੀਆਂ ਸਾਰੇ ਪਾਸੇ ਸਾਰੇ ਚੁਰਸਤੇ ਜਿਵੇਂ ਕਿ ਇਹ ਕੋਈ ਵਿਰੋਧੀ ਹੋਣ ਦੇਸ਼ ਦੇ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਤੁਹਾਡੇ ਆਪਣੇ ਮੁਲਕ ਦੇ ਅੰਨਦਾਤਾ ਨੂੰ ਉਹਨਾਂ ਨੇ ਚਾਰੋਂ ਪਾਸੋਂ ਕਿੱਲਾਂ ਸੂਏ ਠੋਕ ਕੇ ਵੱਡੇ ਵੱਡੇ ਕੰਕਰੀਟ ਦੇ ਸਟੋਪਰ ਲਾ ਕੇ ਦੁਆਰਾਂ ਚਿਣ ਕੇ 6-6 ਫੁੱਟ ਦੀਆਂ ਦਿੱਲੀ ਵਧਣ ਤੋਂ ਰੋਕਣ ਦਾ ਜੋ ਉਹਨਾਂ ਨੇ ਇੰਤਜ਼ਾਮ ਕੀਤਾ ਉਹਦੇ ਵਿੱਚ ਵੀ ਮੋਦੀ ਸਰਕਾਰ ਵੀ ਫੇਲ ਹੋਏਗੀ ਔਰ ਮਨੋਹਰ ਲਾਲ ਖੱਟੜ ਵੀ ਫੇਲ ਹੋਣਗੇ। ਤੁਸੀਂ ਇਹ ਦੇਖਦੇ ਰਹਿਣਾ ਇਹ ਬਹਾਦਰ ਕਿਸਾਨ ਇਹ ਦਿੱਲੀ ਪਹੁੰਚ ਕੇ ਰਹਿਣਗੇ। ਇਹਨਾਂ ਦੀਆਂ ਮੰਗਾਂ ਬੜੀਆਂ ਜੈਨੂਇਨ ਹਨ। ਪਹਿਲੀ ਮੰਗ ਤਾਂ ਇਹ ਹੈ ਕਿ ਜੋ ਘੱਟੋ ਘੱਟ ਪ੍ਰਾਈਸ ਹੈ ਮਿਨੀਮਮ ਸਪੋਰਟ ਪ੍ਰਾਈਸ ਜੋ ਵੀ ਉਪਜ ਖੇਤਾਂ ਵਿੱਚ ਹੁੰਦੀ ਹੈ ਉਹਦੀਆਂ 25-30 ਫਸਲਾਂ ਉਹਨੂੰ ਲੀਗਲ ਜਾਮਾ ਅਪਣਾਇਆ ਜਾਏ ਔਰ ਦੂਸਰੀ ਮੰਗ ਜੋ ਹੈ ਉਹ ਇਹ ਹੈ ਕਿ ਜੋ ਸਵਾਮੀਨਾਥਨ ਰਿਪੋਰਟ ਨੇ ਜੋ ਫਾਰਮੂਲਾ ਐਗਰੀਕਲਚਰ ਆਊਟਪੁੱਟ ਯਾਨੀ ਜੋ ਉਪਜ ਪੈਦਾ ਹੁੰਦੀ ਹੈ ਧਰਤੀ ਚੋਂ ਉਹਦੇ ਨੀਮਤਾਂ ਨੂੰ ਨਿਸ਼ਚਿਤ ਕਰਨ ਲਈ ਉਹਨਾਂ ਕੀਮਤਾਂ ਲਗਾਉਣ ਲਈ ਜੋ ਸਵਾਮੀਨਾਥਨ ਰਿਪੋਰਟ ਵਿੱਚ ਫਾਰਮੂਲਾ ਉਹਨਾਂ ਨੇ ਤੈਅ ਕੀਤਾ ਉਸ ਅਨੁਸਾਰ ਹਰ ਉਪਜ ਦੀ ਕੀਮਤ ਫਿਕਸ ਕੀਤੀ ਜਾਏ ਔਰ ਤੀਸਰੀ ਡਿਮਾਂਡ ਹੈ ਕਿ ਜਿਹੜੇ 700 ਤੋਂ ਵੱਧ ਪਿਛਲੇ ਸ਼ਹੀਦ ਹੋਏ 2021 ਵਿੱਚ ਜੋ ਇੱਕ ਸਾਲ ਲੰਬਾ ਮੋਰਚਾ ਚੱਲਿਆ ਉਹਨਾਂ ਦੇ ਮੈਮੋਰੀਅਲ ਲਈ ਦਿੱਲੀ ਵਿੱਚ ਥਾਂ ਦਿੱਤੀ ਜਾਏ ਕਿਉਂਕਿ ਉਹਨਾਂ ਦੀ ਮੈਦਾਨੇ ਜੰਗ ਵਿੱਚ ਸਰਕਾਰ ਦੇ ਵਿਰੁੱਧ ਲੜਦਿਆਂ ਕਿਸਾਨਾਂ ਦੇ ਹੱਕਾਂ ਲਈ ਲੜਦਿਆਂ ਉਹਨਾਂ ਦੀਆਂ ਮੌਤਾਂ ਦਿੱਲੀ ਦੇ ਬਾਰਡਰਾਂ 'ਤੇ ਹੋਈਆਂ ਉਹਨਾਂ ਦਾ ਇੱਕ ਮੈਮੋਰੀਅਲ ਬਣਨਾ ਚਾਹੀਦਾ ਹੈ ਅਤੇ ਮੈਮੋਰੀਅਲ ਹੋਣਾ ਵੀ ਚਾਹੀਦਾ ਕਿਉਂਕਿ ਜੋ ਸ਼ਹੀਦ ਹੋਏ ਹਨ ਕਿਸਾਨ ਉਹ ਦੇਸ਼ ਦੇ ਹੀ ਬੱਚੇ ਹਨ ਦੇਸ਼ ਦੇ ਕਿਸਾਨ ਹਨ ਦੇਸ਼ ਦੇ ਫਾਰਮਰ ਹਨ। ਸੋ ਆਖਰੀ ਜੋ ਉਹਨਾਂ ਦੀ ਡਿਮਾਂਡ ਹੈ ਚੌਥੀ ਉਹ ਡਿਮਾਂਡ ਹੈ ਕਿ ਮਿਨਿਸਟਰ ਆਫ ਸਟੇਟ ਫਾਰ ਹੋਮ ਅਫੇਅਰਸ ਅਜੇ ਮਿਸ਼ਰਾ ਦੀ ਮੰਤਰੀਸ਼ਿਪ ਤੋਂ ਬਰਖਾਸਤ ਕੀਤਾ ਜਾਏ। ਉਹਨਾਂ ਦੇ ਬੇਟੇ ਅਸ਼ੀਸ਼ ਮਿਸ਼ਰਾ ਜੋ ਲਖੀਮਪੁਰ ਖੇੜੀ ਵਿੱਚ ਜਿਨ੍ਹਾਂ ਨੇ ਕਿਸਾਨਾਂ 'ਤੇ ਆਪਣੀਆਂ ਗੱਡੀਆਂ ਚੜ੍ਹਾਤੀਆਂ ਔਰ ਕਈ ਕਿਸਾਨਾਂ ਦੀ ਮੌਤ ਹੋ ਗਈ ਉਹਨਾਂ ਦੀ ਜੋ ਬੇਲ ਹੈ ਉਹ ਖਾਰਜ ਕੀਤੀ ਜਾਏ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਏ। ਇਹ ਜੋ ਚਾਰ ਮੰਗਾਂ 'ਤੇ ਕਿਸਾਨ ਯੂਨੀਅਨ ਜਿਹੜੀ ਹੈ ਕਿਸਾਨ ਮਜ਼ਦੂਰ ਮੋਰਚਾ ਸੋ ਇਸ ਨੇ ਆਪਣੀ ਜੋ ਕਾਲ ਦਿੱਤੀ ਸੀ ਅੱਜ ਤੋਂ ਉਹਨਾਂ ਦੀ ਦਿੱਲੀ ਵੱਲ ਵਧਣ ਦੀ ਮੁਹਿੰਮ ਆਰੰਭ ਹੋ ਗਈ ਹੈ। ਉਹਨਾਂ ਨੇ ਇਹ ਜੋ ਸਾਹਮਣਾ ਕੀਤਾ ਹੈ ਟੀਅਰ ਗੈਸ ਸੈੱਲ ਧੂੰਆਂ ਔਰ ਉਹਨਾਂ ਨੇ ਜੋ ਪਾਣੀ ਦੀਆਂ ਵਿਛਾੜਾਂ ਮਾਰੀਆਂ ਗਈਆਂ ਔਰ ਉਹਨਾਂ ਉੱਪਰ ਜੋ ਬੁਲਟ ਚਲਾਏ ਗਏ ਉਸ ਦੀ ਪਰਵਾਹ ਨਾ ਕਰਦਿਆਂ ਹੋਇਆਂ ਇਹ ਕਿਸਾਨ ਮੋਰਚਾ ਜੋ ਹੈ ਇਸ ਨੇ ਆਪਣੀ ਲਹਿਰ ਮੁਹਿੰਮ ਜੰਗ ਜਾਰੀ ਰੱਖੀ ਹੋਈ ਹੈ ਔਰ ਇਸ ਦੇ ਪਿੱਛੇ ਜੋ ਮਹਾਨ ਕਿਸਾਨ ਲੀਡਰ ਹਨ
ਉਹਨਾਂ ਵਿੱਚ ਹਨ ਸਵਰਨ ਸਿੰਘ ਪੰਦੇਰ, ਜਗਦੀਤ ਸਿੰਘ ਡੱਲੇਵਾਲ ਜੋ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਮੁਖੀ ਹਨ, ਸੁਰਜੀਤ ਸਿੰਘ ਫੁੱਲ ਬੀਕੇਯੂ ਕ੍ਰਾਂਤੀਕਾਰੀ ਦੇ ਪ੍ਰਧਾਨ ਹਨ, ਅਤੇ ਇਹਨਾਂ ਤਿੰਨ ਮਹਾਨ ਯੋਧਿਆਂ ਨੇ ਇਹ ਲੜਾਈ ਆਰੰਭੀ ਹੈ। ਅਸੀਂ ਦੇਖਦੇ ਹਾਂ ਕਿ ਇਹ ਹੁਣ ਕਿਸ ਰੂਪ ਲੈਂਦੀ ਹੈ ਔਰ ਇਹ ਕਿੰਨੀ ਲੰਬੀ ਲੜਾਈ ਚੱਲਦੀ ਹੈ। ਉੱਪਰੋਂ 2024 ਦੀਆਂ ਚੋਣਾਂ ਹਨ, ਉਹਨਾਂ ਉੱਪਰ ਵੀ ਇਹ ਕਿੱਦਾਂ ਕਿਦਾਂ ਅਸਰ ਪਾ ਸਕਦੀ ਹੈ। ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਵਪਾਰੀਕਰਨ ਕੀਤਾ ਹੈ, ਜੋ ਸਾਡੇ ਨਾਗਰਿਕ ਇਨਾਮ ਹਨ, ਅਹੁਦੇ ਹਨ, ਉਪਾਧੀਆਂ ਹਨ, ਸਨਮਾਨ ਦੇ ਜੋ ਚਿੰਨ ਹਨ, ਉਹਨਾਂ ਦਾ ਜੋ ਉਹਨਾਂ ਨੇ ਵਪਾਰੀਕਰਨ ਕੀਤਾ, ਵੋਟਾਂ ਬਦਲੇ ਇਨਾਮ ਦਿੱਤੇ ਹਨ, ਚੌਧਰੀ ਚਰਨ ਸਿੰਘ ਹੋਣ, ਸਵਾਮੀਨਾਥਨ ਜੀ ਹੋਣ ਅਤੇ ਹੋਰ ਵੀ ਹੋਰ ਵੀ ਕਈ ਮਹਾਨ ਸ਼ਖਸੀਅਤਾਂ ਨੂੰ ਇਸ ਤਰ੍ਹਾਂ ਨਵਾਜਿਆ ਹੈ। ਸੋ ਇੱਥੇ ਅਸੀਂ ਚਰਚਾ ਨੂੰ ਸਮਾਪਤ ਕਰਦੇ ਹਾਂ। ਉਮੀਦ ਕਰਦੇ ਹਾਂ ਇਹ ਚਰਚਾ ਤੁਹਾਨੂੰ ਪਸੰਦ ਆਏਗੀ। ਜੇਕਰ ਹੁਣ ਤੱਕ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਇਸ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਇਸ ਦਾ ਬੈਲ ਆਈਕਨ ਦਬਾਓ, ਇਹਦੀ ਘੰਟੀ ਦਬਾਓਗੇ ਤਾਂ ਇਸ ਦੀਆਂ ਵੀਡੀਓ ਸਿੱਧੀਆਂ ਤੁਹਾਨੂੰ ਮਿਲਣਗੀਆਂ ਅਤੇ ਉਹਨਾਂ ਵੀਡੀਓ ਨੂੰ ਤੁਸੀਂ ਆਪਣੇ ਮਿੱਤਰਾਂ ਸੰਬੰਧੀਆਂ ਨਾਲ ਸਾਂਝੀਆਂ ਕਰੋ ਅਤੇ ਵੱਧ ਤੋਂ ਵੱਧ ਉਹਨਾਂ ਨੂੰ ਪ੍ਰਚਾਰੋ। ਧੰਨਵਾਦ। ਸਤਿ ਸ੍ਰੀ ਅਕਾਲ।